जिंदाबाद 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 ਕੁਛ ਨਹੀਂ ਹੈ ਜੀ। ਇਹ ਕਹਿੰਦੇ ਪਿੰਡਾਂ ਚ ਨਹੀਂ ਬਣ ਦੇਣਾ, ਪਿੰਡਾਂ ਚ ਤਾਂ ਅਸੀਂ ਆਲਰੇਡੀ ਹੈਗੇ ਆ, ਪਿੰਡਾਂ ਦੇ ਰਹਿਣ ਵਾਲੇ ਆ, ਸਾਨੂੰ ਕਿੱਥੇ ਕੱਢਣਗੇ ਇਹ। ਇਹ ਤਾਂ ਉਹ ਸੋਚ ਜਿਹੜੀ ਹੈ ਨਾ, ਇਹ ਆਮ ਆਦਮੀ ਪਾਰਟੀ ਕਰਵਾ ਰਹੀ ਹੈ ਔਰ ਇਹ ਕਾਂਗਰਸ ਕਰਵਾ ਰਹੀ ਹੈ ਔਰ ਇਹ ਜਿਹੜੇ ਆ ਸਾਰੇ ਫੇਲ ਹੋਣਗੇ। ਸਾਡੇ ਵਰਕਰ ਬੜੇ ਬਹਾਦਰ ਆ, ਸਾਡੀ ਲੀਡਰਸ਼ਿਪ ਬੜੀ ਮਜ਼ਬੂਤ ਆ, ਅਸੀਂ ਦੁਨੀਆਂ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਆ। ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ, ਇਹਨਾਂ ਦਾ ਲੋਕਤੰਤਰ 'ਚ ਵਿਸ਼ਵਾਸ ਨਹੀਂ ਜਿਹੜੇ ਲੋਕ ਇਹ ਕੰਮ ਕਰਦੇ ਆ। ਕਿਸਾਨ ਤਾਂ ਸਾਡਾ, ਜੇ ਕਿਸਾਨ ਸਾਨੂੰ ਵੋਟ ਨਾ ਕਰਦਾ ਹੋਵੇ ਸਾਡੀ ਦੇਸ਼ ਸਰਕਾਰ ਕਿਵੇਂ ਬਣੇ। ਮੋਦੀ ਜੀ ਕਿਸਾਨ ਹਿੱਤੂ ਪ੍ਰਧਾਨ ਮੰਤਰੀ ਨੇ, ਅਸੀਂ ਸਾਰੇ ਵਰਗਾਂ ਦਾ ਹਿੱਤ ਕਰ ਰਹੇ ਹਾਂ। ਜੇ ਪੂਰੇ ਦੇਸ਼ ਦਾ ਵਿਕਾਸ ਹੋ ਰਿਹਾ, ਇਕਨੋਮੀ ਸਟਰੈਂਥਨ ਹੋ ਰਹੀ ਆ, ਅਤੇ ਕੀ ਹੋ ਰਿਹਾ ਇਹ, ਅਤੇ ਦੇਸ਼ ਮਜ਼ਬੂਤ ਹੋ ਰਿਹਾ ਨਾ, ਅਤੇ ਦੇਸ਼ ਮਜ਼ਬੂਤ ਹੋ ਰਿਹਾ ਤਾਂ ਪੂਰੇ ਦੇਸ਼ ਦੇ ਨਾਗਰਿਕ ਮਜ਼ਬੂਤ ਹੋ ਰਿਹਾ, ਹਿੰਦੂ ਵੀ, ਮੁਸਲਮਾਨ ਵੀ, ਸਿੱਖ ਵੀ, ਈਸਾਈ ਵੀ। ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ, ਸਭ ਕਾ ਪ੍ਰਯਾਸ, ਹੋਰ ਕੀ ਹੈ। ਸਰ ਪੰਜਾਬ ਦੇ ਵਿੱਚ ਟਿਕਟਾਂ ਦਾ ਐਲਾਨ ਕਦੋਂ ਤੱਕ ਹੋਣ ਦੀ ਸੰਭਾਵਨਾ ਹੈਗੀ ਜਿਹੜੇ ਬਾਕੀ ਨੇ? ਅਰੇ ਸੀਟਾਂ ਤਾਂ ਆ ਜਾਣਗੀਆਂ, ਜਿਹੜਾ ਵੀ ਆਊ ਅਸੀਂ ਉਹੀ ਚੁਣਾਵ ਹੀ ਲੜਦੇ ਫਿਰਦੇ ਹਾਂ, ਹੋਰ ਕੀ ਕਰ ਰਹੇ ਹਾਂ। ਅਤੇ ਕੈਂਡੀਡੇਟ ਨੇ ਤਾਂ ਆ ਕੇ ਉਹਦਾ ਬੈਗ ਰੱਖਣਾ ਹੁੰਦਾ, ਲੜਨਾ ਹੁੰਦਾ ਸਾਡੀ ਪਾਰਟੀ 'ਚ, ਕੋਈ ਨਵੀਂ ਕਰਨਾ ਹੁੰਦਾ ਸਾਰਾ। ਕੋਈ ਨਵੇਂ ਲੀਡਰ ਆਉਣ ਦੀ ਸੰਭਾਵਨਾ ਹੈਗੀ ਹੈ, ਜਿਵੇਂ ਲਗਾਤਾਰ ਭਾਜਪਾ ਲੀਡਰਾਂ ਲੂਡਰਾਂ ਨੂੰ ਲਿਆਉਣ ਦੇ ਚੱਕਰ 'ਚ ਨਹੀਂ ਰਹਿੰਦੇ ਅਤੇ ਆਪਣੇ ਆਪ ਆਈ ਜਾਂਦੇ ਆ ਲੋਕ, ਇਹ ਕਾਫਲਾ ਇੱਦਾਂ ਹੀ ਵੱਧਦਾ ਰਹਿਣਾ ਸਾਨੂੰ, ਕਿਉਂਕਿ ਅਸੀਂ 23 ਸੀਟਾਂ ਲੜਦੇ ਸੀ, ਸਾਡਾ ਪੂਰਾ ਪੰਜਾਬ 'ਚ ਪ੍ਰਸਾਰ ਪ੍ਰਚਾਰ ਪੂਰਾ ਨਹੀਂ ਹੋਇਆ ਸੀ ਅਤੇ ਹੁਣ ਲੋਕਾਂ ਨੇ ਆਉਣਾ ਹੀ ਆ, ਨਵੇਂ ਲੋਕ ਆਉਣਗੇ, ਅਸੀਂ ਨਵਿਆਂ ਦਾ ਵੀ ਸਵਾਗਤ ਕਰਦੇ ਹਾਂ। ਪੁਰਾਣੇ ਸਾਡੇ ਹੈਗੇ ਹੀ ਆ, ਉਹ ਤਾਂ ਸਾਡੀ ਤਾਕਤ ਨੇ ਪੁਰਾਣੇ ਤਾਂ, ਅਸੀਂ ਵਿਚਾਰਧਾਰਕ ਦਲ ਹਾਂ ਅਤੇ ਜਿਹੜੇ ਸਾਡੀ ਵਿਚਾਰਧਾਰਾ ਦੇ ਕੈਡਰ ਹੈਗਾ ਸਾਡਾ ਪੁਰਾਣਾ, ਉਹ ਤਾਂ ਸਾਡੀ ਇੱਕ ਜਾਨ ਆ, ਤਾਕਤ। ਮੇਰਾ ਨਾਮ ਸਰਬਜੀਤ ਸ਼ਰਮਾ ਜੀ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਪ੍ਰਧਾਨ ਲਹਿਰਾ। ਅੱਜ ਅਸੀਂ ਲਹਿਰਾ ਗਾਗਾ ਦੇ ਵਿਖੇ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਬਲਾਕ ਲਹਿਰਾ ਵੱਲੋਂ BJP ਦਾ ਵਿਰੋਧ ਕਰਨ ਜਾ ਰਹੇ ਹਾਂਗੇ। ਕੋਈ BJP ਦੇ ਵੱਡੇ ਆਗੂ ਨੇ ਇੱਥੇ ਆਉਣਾ ਮੀਟਿੰਗ ਕਰਾਉਣ ਵਾਸਤੇ, ਅਸੀਂ ਆਪਣੀ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ 'ਤੇ ਇਹਨਾਂ ਦਾ ਵਿਰੋਧ ਕਰਾਂਗੇ ਅਤੇ ਉਹਨਾਂ ਦਾ ਨਾਪ ਦੀ ਨਾਅਰੇਬਾਜ਼ੀ ਕਰਾਂਗੇ, ਕਿਉਂਕਿ ਇਹ BJP ਸਾਢੇ 700 ਕਿਸਾਨਾਂ ਦੀ ਕਾਤਲ ਹੈ ਅਤੇ ਬਾਰਡਰਾਂ 'ਤੇ ਬੈਠੇ ਕਿਸਾਨਾਂ 'ਤੇ ਗੋਲੀਆਂ ਚਲਾਈਆਂ ਨੇ ਆਪਣੇ ਹੱਕ ਮੰਗਦਿਆਂ 'ਤੇ, ਅਤੇ ਹੋਰ ਇਹਨਾਂ ਦੀਆਂ ਨੀਤੀਆਂ ਪੋਲਿਸੀਆਂ ਨੇ ਜਿਹੜੀਆਂ ਕਿਸਾਨ ਵਿਰੋਧੀ ਫੈਸਲੇ ਕੀਤੇ ਨੇ ਸਰਕਾਰ ਨੇ, ਉਹਨਾਂ ਨੂੰ ਲੈ ਕੇ ਕਿਸਾਨਾਂ ਦੇ ਨਾਲ ਜੋ ਪਿਛਲੇ 2020 ਦੇ ਵਿੱਚ ਜਿਹੜਾ ਅੰਦੋਲਨ ਸ਼ੁਰੂ ਹੋਇਆ ਸੀ ਕਿਸਾਨਾਂ ਮਜ਼ਦੂਰਾਂ ਨਾਲ, ਵਾਅਦੇ ਕਰਕੇ BJP ਸਰਕਾਰ ਸਾਫ ਮੁੱਕ ਰਹੀ ਹੈ, ਇਸ ਵਜੋਂ ਅਸੀਂ ਇਹਨਾਂ ਦਾ ਅੱਜ ਵਿਰੋਧ ਕਰਾਂਗੇ। ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ 'ਤੇ ਜੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਹੈਗਾ ਅਤੇ ਕਾਲੀਆਂ ਝੰਡੀਆਂ ਲੈ ਕੇ ਨਾਅਰੇਬਾਜ਼ੀ ਕਰਾਂਗੇ, ਇਹਨਾਂ ਦਾ ਵਿਰੋਧ ਕਰਾਂਗੇ, ਸ਼ਾਂਤਮਈ ਤਰੀਕੇ ਨਾਲ ਅਸੀਂ ਇਹ ਵਿਰੋਧ ਕਰਾਂਗੇ। ਕੀ ਨਾਮ ਹੈ ਜੀ? ਮੈਂ ਬਹਾਦਰ ਸਿੰਘ ਭਟਾਲਪੁਰ ਦਾ, ਜਨ ਸਕੱਤਰ ਭਾਰਤੀ ਕਿਸਾਨ ਏਕਤਾ ਗ੍ਰਾਹਾਂ ਬਲਾਕ ਲਹਿਰਾ ਗਾਗਾ। ਬਹਾਦਰ ਸਿੰਘ ਜੀ, ਅੱਜ ਕਿਸ ਤਰ੍ਹਾਂ ਇਕੱਠੇ ਹੋਏ ਹੋ, ਕੀ ਪ੍ਰੋਗਰਾਮ ਹੈਗਾ ਤੁਹਾਡਾ? ਮੌਕੇ ਦੀ ਜਿਹੜੀ ਭਾਜਪਾ ਹਕੂਮਤ ਹੈ, ਇਸ ਨੇ ਦਿੱਲੀ ਘੋਲ ਵਿਖੇ ਸਾਡੇ ਜਿਹੜੇ 750 ਕਿਸਾਨ ਤੇ ਉਹ ਸ਼ਹੀਦ ਹੋ ਗਏ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਇਹਦੇ ਨਾਲ ਦੀ ਨਾਲ ਮੋਦੀ ਭਾਜਪਾ ਹਕੂਮਤ ਨੇ 12 ਬੈਂਕਾਂ ਦਾ ਭੋਗ ਪਾਤਾ, 400 ਰੇਲਵੇ ਸਟੇਸ਼ਨਾਂ ਦਾ ਭੋਗ ਪਾਤਾ, ਜਿਹੜੇ ਰੇਲਵੇ ਲਾਈਨ ਦੇ ਟਰੈਕ ਨੇ ਵੇਚੇ ਜਾ ਰਹੇ ਨੇ। ਸਭ ਤੋਂ ਵੱਡੀ ਦੁਖਦਾਈ ਗੱਲ ਹੈ, ਸਾਡੇ ਆਮ ਲੋਕਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਮਿਲ ਜਾਂਦੀਆਂ ਫੌਜ 'ਚ, ਫੌਜ ਦਾ ਜਿਹੜਾ ਅਗਨੀਪਥ ਯੋਜਨਾ ਲਿਆ ਕੇ ਉਹਦਾ ਪੱਠਾ ਬਹਾਤਾ, ਜਾਣੀ ਕਾਲਜ ਸਕੂਲ ਪੜ੍ਹਾਈ ਸਿੱਖਿਆ ਸਾਰਾ ਕੁਝ ਪ੍ਰਾਈਵੇਟਾਈਜ਼ੇਸ਼ਨ ਕਰਤਾ, ਨਹਿਰਾਂ ਵੇਚਣ ਜਾ ਰਹੇ ਨੇ, ਸੜਕਾਂ ਵੇਚਤੀਆਂ। ਅੱਜ ਲਹਿਰੇ ਦੇ ਵਿੱਚ ਕਿਸੇ ਵੱਡੇ ਭਾਜਪਾ ਆਗੂ ਨੇ ਆਉਣਾ, ਅਸੀਂ ਭਾਰਤੀ ਕਿਸਾਨ ਏਕਤਾ ਗ੍ਰਾਹਾਂ ਤਰਫੋਂ
ਪੂਰਨ ਤੌਰ 'ਤੇ ਵਿਰੋਧ ਕਰਦੇ ਹਾਂ। ਸਰਕਾਰ ਨੂੰ ਚਾਹੀਦਾ ਵੀ ਜਿਹੜੀ WTO ਹੈ ਉਹਦੇ ਵਿੱਚੋਂ ਬਾਹਰ ਆਵੇ, IMF ਵਿੱਚੋਂ ਬਾਹਰ ਆਵੇ। ਪੂਰੇ ਭਾਰਤ ਦੇ ਵਿੱਚ ਸਿਰਫ ਅਤੇ ਸਿਰਫ ਜੇ ਰੁਜ਼ਗਾਰ ਬਚਿਆ, ਇੱਕ ਕਿਸਾਨ ਦੀ ਜ਼ਮੀਨ ਦਾ ਟੁਕੜਾ ਬਚਿਆ, ਇਸ ਜ਼ਮੀਨ ਦੇ ਟੁਕੜੇ ਨਾਲ ਲੱਖਾਂ ਕਰੋੜਾਂ ਲੋਕ ਜਿਹੜੇ ਅਨਾਜ ਹੈ ਉਹ ਖਾ ਰਹੇ ਹੈ। ਇਹਨਾਂ ਦਾ ਅਸੀਂ ਮਤਲਬ ਪੂਰਨ ਤੌਰ 'ਤੇ ਜਿਹੜਾ ਵਿਰੋਧ ਹੈ ਜੀ ਉਹਦੇ ਆਉਣਾ, ਪਹਿਲਾਂ ਅਸੀਂ ਆਪਣੀ ਮੀਟਿੰਗ ਲਾਈ ਹੈ, ਵਿਰੋਧ ਕਰਾਂਗੇ। ਪੂਰੇ ਪੰਜਾਬ ਦੇ ਵਿੱਚ ਸਾਡੀ ਮਤਲਬ ਜਥੇਬੰਦੀ ਦੀ ਪੋਲਸੀ ਹੈ, ਜਾਣੀ ਉਹਨਾਂ ਦਾ ਵਿਰੋਧ ਹੈ ਜਿਹੜਾ, ਜਦੋਂ ਉਰੇ ਆਉਣਗੇ ਵੀ ਉਰੇ ਕਿਉਂ ਆਏ ਹੋ, ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਨਾ ਚਾਹੁੰਦੇ ਹਾਂ। ਸਾਡੇ ਨਾਲ ਸਵਾਲ ਜਵਾਬ ਉਹਨਾਂ ਦੇ ਆਗੂ ਹੈ ਜਾਂ ਉਹਦੀ ਸਰਕਾਰ ਹੈ, ਸਾਡੇ ਨਾਲ ਗੱਲਬਾਤ ਕਰੇ ਹੋ। ਪੁਲਿਸ ਨੇ ਜਾਣੀ ਉਹ ਅੰਦਰ ਜਗ੍ਹਾ ਵੀ ਬਹੁਤ ਘੱਟ ਹੈ, ਅਤੇ ਫਿਰ ਆਏ ਅਸੀਂ ਬੰਦ ਹੋ ਕੇ ਵੀ ਨਹੀਂ ਬਹੁਤਾ ਬੈਠਣਾ ਚਾਹੁੰਦੇ ਤੇ, ਇਸ ਕਰਕੇ ਅਸੀਂ ਆਹ ਸੜਕ ਦੇ ਉੱਪਰ ਆਏ ਹਾਂ। ਸੜਕ ਦੇ ਉੱਪਰੋਂ ਦੀ ਲੰਘਣਾ ਉਹਨਾਂ ਨੇ, ਭਾਜਪਾ ਆਗੂਆਂ ਨੇ, ਜੇ ਵੱਡੇ ਖੱਬੀ ਖਾਨ ਨੇ ਲੰਘਣ, ਅਸੀਂ ਪੂਰਨ ਤੌਰ 'ਤੇ ਵਿਰੋਧ ਜਿਹੜਾ ਕਰਾਂਗੇ। ਕੀ ਨਾਮ ਹੈ ਜੀ? ਮੇਰਾ ਨਾਮ ਵਿਨੋਦ ਸਿੰਗਲਾ ਜੀ, ਹਲਕਾ ਕਨਵੀਨਰ ਲਹਿਰਾ ਸਿੰਘ ਗੱਗਾ ਵਿਧਾਨ ਸਭਾ। ਅੱਜ ਦਾ ਕੀ ਪ੍ਰੋਗਰਾਮ ਹੈਗਾ? ਅੱਜ ਦਾ ਜੋ ਸਾਡਾ ਇਹ ਪ੍ਰੋਗਰਾਮ ਹੈ ਜੀ, ਇਹ ਸੰਗਠਨਾਂ ਤੋਂ ਪ੍ਰੋਗਰਾਮ ਹੈ ਜੀ ਭਾਰਤੀ ਜਨਤਾ ਪਾਰਟੀ ਦਾ। ਇਹਦੇ ਵਿੱਚ ਅਸੀਂ ਬੂਥ ਸੰਮੇਲਨ ਰੱਖਿਆ ਗਿਆ, ਜੋ ਵਿਧਾਨ ਸਭਾ ਹਲਕਾ ਲਹਿਰਾ ਗੱਗਾ ਦੇ ਜਿੰਨੇ ਵੀ ਬੂਥ ਹਨ ਉਹਨਾਂ ਦੇ ਬੂਥ ਇੰਚਾਰਜ ਅੱਜ ਇੱਥੇ ਸ਼ਮੂਲੀਅਤ ਕਰਨਗੇ ਜੀ। ਇਸ ਪ੍ਰੋਗਰਾਮ ਦੇ ਵਿੱਚ ਜੀ ਲਗਭਗ 800 ਤੋਂ 1000 ਦੇ ਕਰੀਬ ਸਾਡੇ ਵਰਕਰ ਸਾਹਿਬਾਨ ਸ਼ਾਮਿਲ ਹੋਣਗੇ ਜੀ। ਇਸ ਪ੍ਰੋਗਰਾਮ ਨੂੰ ਲੈਣ ਦੇ ਲਈ ਸਾਡੇ ਵਿਚਕਾਰ ਵਿਸ਼ੇਸ਼ ਤੌਰ 'ਤੇ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਅਤੇ ਅਰਵਿੰਦ ਖੰਨਾ ਜੀ, ਜੋ ਕਿ ਸਾਡੇ ਵਾਈਸ ਪ੍ਰਧਾਨ ਹਨ, ਅਤੇ ਜਤਿੰਦਰ ਮਿੱਤਲ ਜੀ, ਇਹ ਪਹੁੰਚਣ ਨੇ। ਦੇਖੋ ਜੀ, ਇਹ ਵਿਡੰਬਣਾ ਸਾਡੇ ਪ੍ਰਦੇਸ਼ ਦੀ ਵੀ ਮੋਦੀ ਜੀ ਨੇ ਸਭ ਤੋਂ ਵੱਧ, ਅਗਰ ਕਿਸੇ ਵੀ ਪ੍ਰਧਾਨ ਮੰਤਰੀ ਨੇ ਕੰਮ ਕੀਤਾ ਕਿਸਾਨਾਂ ਲਈ ਤਾਂ ਉਹ ਮੋਦੀ ਜੀ ਨੇ ਕੀਤਾ। ਤੁਸੀਂ ਦੇਖੋ ਜਿਨਸਾਂ ਦੇ ਰੇਟ ਨੂੰ 10 ਸਾਲਾਂ ਦੇ ਵਿੱਚ ਉਹਨਾਂ ਨੇ ਬਹੁਤ ਅਪਰ ਰੇਟ ਦਿੱਤੇ, ਅਤੇ ਪਿੱਛੇ ਜੇ ਉਹਨਾਂ ਨੇ 3 ਮੰਤਰੀ ਇੱਥੇ ਆਏ ਕੇਂਦਰ ਦੇ, ਉਹਨਾਂ ਨੇ ਕਿਹਾ ਕਿ ਅਸੀਂ ਜੋ ਪੰਜਾਬ ਦੇ ਵਿੱਚ ਫਸਲਾਂ ਹੁੰਦੀਆਂ ਨੇ, ਜਿਵੇਂ ਗੰਨਾ ਹੁੰਦਾ, ਕਪਾਸ ਹੁੰਦੀ ਹੈ, ਜੀਰੀ, ਕਣਕ 'ਤੇ ਤਾਂ ਪਹਿਲੀ MSP ਹੈ, ਮੱਕੀ ਹੈ, ਦਾਲਾਂ ਨੇ, ਉਹਨਾਂ 'ਤੇ ਉਹ MSP ਦੇਣ ਦੇ ਲਈ ਤਿਆਰ ਸੀ। ਪਰ ਕੁਝ ਰਾਜਨੀਤਿਕ ਤਾਕਤਾਂ ਜਿਹੜੀਆਂ ਸਾਡੇ ਕਿਸਾਨ ਭਰਾਵਾਂ ਨੂੰ ਵਰਗਲਾ ਕੇ ਉਹਨਾਂ ਨੂੰ ਕਿਤੇ ਵੀ ਮਤਲਬ ਟੋਕ ਹੋਣ ਨਹੀਂ ਦਿੰਦੀਆਂ, ਉਹ ਵਾਰਤਾ ਨੂੰ ਸਫਲ ਨਹੀਂ ਹੋਣ ਦਿੰਦੀਆਂ, ਉਹਦੇ ਕਰਕੇ ਜਿਹੜਾ ਇਹ ਗੈਪ ਕਿਸਾਨਾਂ ਅਤੇ ਭਾਜਪਾ ਦੇ ਵਿੱਚ ਪਿਆ ਹੈ। ਵਿਰੋਧ ਕਰਨਾ, ਦੇਖੋ ਜੀ, ਲੋਕਤੰਤਰ ਦੇ ਵਿੱਚ ਸਭ ਦਾ ਅਧਿਕਾਰ ਹੈ, ਜਮਹੂਰੀਅਤ ਦਾ ਹੱਕ ਹੈ, ਪਰ ਫਿਰ ਵੀ ਅਸੀਂ ਕਹਾਂਗੇ, ਅਸੀਂ ਸਾਡੇ ਕਿਸਾਨ ਭਰਾ ਨੇ, ਅਸੀਂ ਉਹਨਾਂ ਨੂੰ ਕਹਾਂਗੇ ਵੀ ਉਹ ਇੱਕ ਵਾਰੀ ਭਾਜਪਾ ਦੇ ਨਾਲ ਜੁੜਨ, ਜੋ ਵੀ ਉਹਨਾਂ ਦੇ ਮਨ ਦੇ ਵਿੱਚ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਭੁਲਾਉਣ, ਅਤੇ BJP ਨੂੰ ਵੋਟ ਦੇਣ, ਅਤੇ ਪੰਜਾਬ ਨੂੰ ਵੀ ਜਿਵੇਂ ਹੋਰ ਦੇਸ਼ ਦੇ ਵਿੱਚ ਡਬਲ ਇੰਜਨ ਦੀ ਸਰਕਾਰਾਂ ਨੇ, ਤਾਂ ਜੋ ਪੰਜਾਬ ਦੇ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਬਣੇ। ਹੋਰ ਕਹਿਣੀ ਚਾਹੂੰਗਾ ਕਿ ਦੇਖੋ, ਬਹੁਤ ਸਾਰੇ ਰਾਜਨੀਤਿਕ ਪਾਰਟੀਆਂ ਨੇ, ਸਭ ਤੋਂ ਪਹਿਲਾਂ ਕਾਂਗਰਸ ਨਹੀਂ ਲਾ ਲਓ, ਕਿੱਦਾਂ ਸ਼੍ਰੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ, ਅਕਾਲੀ ਦਲ ਨੇ ਬੇਅਦਬੀ ਕਰਵਾਈ, ਆਮ ਆਦਮੀ ਪਾਰਟੀ ਨੇ MSP ਕਿਹਾ ਅਸੀਂ ਦੇਵਾਂਗੇ, 5 ਮਿੰਟਾਂ ਦੇ ਵਿੱਚ ਦੇ ਦਾਂਗੇ, ਪਰੰਤੂ ਕਿਸਾਨਾਂ ਦੀਆਂ ਕੋਈ ਮੰਗਾਂ ਨਹੀਂ ਮੰਗੀਆਂ। ਉਲਟਾ ਸਾਡੇ ਪ੍ਰਦੇਸ਼ ਦੇ ਮੁੱਖ ਮੰਤਰੀ ਕਿਸਾਨਾਂ ਬਾਰੇ ਬੁਰਾ ਭਲਾ ਬੋਲਦੇ ਨੇ। ਇੱਕ ਭਾਜਪਾ ਹੈ ਜਿਹੜੀ ਕਿਸਾਨਾਂ ਨੂੰ ਨਾਲ ਲੈ ਕੇ ਚੱਲਦੀ ਹੈ। ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਕਿ ਉਹ ਛੋਟੇ ਮੋਟੇ ਜਿਹੜੇ ਵੀ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਭੁੱਲ ਕੇ ਭਾਜਪਾ ਦੇ ਨਾਲ ਲੱਗਣ, ਤਾਂ ਜੋ ਪੰਜਾਬ ਦੇ ਵਿੱਚ ਵੀ ਕਮਲ ਖਿਲੇ।